ਜੀ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸ੍ਰੀ ਪਵਨ ਕੁਮਾਰ ਟਿੰਨੂ ਜੀ ਜਿੰਦਾਬਾਦ ਸਰਦਾਰ ਜਸਰੇ ਮਨੋਹਰ ਸਿੰਘ ਜੀ ਜਿੰਦਾਬਾਦ 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 ਸ਼੍ਰੋਮਣੀ ਅਕਾਲੀ ਦਲ ਬੀਐਸਪੀ ਸਮਝੌਤਾ ਜਿੰਦਾਬਾਦ 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 ਬੀਐਸਪੀ ਅਕਾਲੀ ਦਲ ਜਿੰਦਾਬਾਦ 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 ਭੈਣ ਕੁਮਾਰੀ ਮਾਇਆਵਤੀ ਜਿੰਦਾਬਾਦ 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 ਸ੍ਰੀ ਪਵਨ ਕੁਮਾਰ ਟਿੰਨੂ ਜੀ ਜਿੰਦਾਬਾਦ 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 ਡਾਕਟਰ ਭੀਮ ਰਾਮ ਅੰਬੇਡਕਰ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਹਿਬ ਕਾਂਛੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਸਮਝੌਤਾ ਜਿੰਦਾਬਾਦ 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 ਸਰਦਾਰ ਪ੍ਰਤਾਪ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰ ਸਾਥੀ ਵੀਰੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਤੋਂ ਦੋ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਰਾਜਨੀਤਿਕ ਤੌਰ ਦੇ ਉੱਤੇ ਸਮਝੌਤਾ ਹੋਇਆ ਤਾਂ ਜੋ ਦੋਵੇਂ ਵੱਡੀਆਂ ਪਾਰਟੀਆਂ 2022 ਦੀ ਜਿਹੜੀ ਚੋਣ ਹੈ ਉਹ ਮਿਲ ਕੇ ਲੜਨਗੀਆਂ ਜਿਸ ਵਿੱਚ 20 ਸੀਟਾਂ ਬਹੁਜਨ ਸਮਾਜ ਪਾਰਟੀ ਲੜੂਗੀ ਅਤੇ 97 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਚੋਣ ਲੜੇਗਾ। ਆਸ ਕੀਤੀ ਜਾਂਦੀ ਹੈ ਕਿ ਦੋਵਾਂ ਪਾਰਟੀਆਂ ਦੇ ਵੱਡੇ ਲੀਡਰ ਅਤੇ ਸਥਾਨਕ ਲੀਡਰ ਮਿਲ ਕੇ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਪਾਰਟ ਪਲੇ ਕਰਨਗੇ ਅਤੇ ਆਸ ਕੀਤੀ ਜਾਂਦੀ ਹੈ ਕਿ 2022 ਦੀ ਚੋਣ ਵੱਡੀ ਗਿਣਤੀ ਵਿੱਚ ਜਿਹੜੀ ਉਹ ਜਿੱਤ ਪ੍ਰਾਪਤ ਹੋਵੇਗੀ ਅਤੇ ਜਿਹੜੀ ਆ ਸਾਂਝੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਬਣੇਗੀ। ਹਾਂਜੀ, ਦੋਹਾਂ ਪਾਰਟੀਆਂ ਦੇ ਵਰਕਰਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਦੋ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਬਾਦਲ ਦਾ ਸਮਝੌਤਾ ਹੋਇਆ। 22 ਦੀਆਂ ਚੋਣਾਂ ਜਿਹੜੀਆਂ ਰਲ ਕੇ ਲੜੀਆਂ ਜਾਣੀਆਂ। ਅੱਜ ਤੋਂ 25 ਸਾਲ ਪਹਿਲਾਂ ਵੀ ਸਮਝੌਤਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ, ਜਿਹਦੇ ਸਮਝੌਤੇ ਤਹਿਤ ਸਾਹਿਬ ਕਾਂਛੀ ਰਾਮ ਜੀ ਹੁਸ਼ਿਆਰਪੁਰ ਤੋਂ ਚੋਣ ਜਿੱਤੇ ਸਨ। 3-3 ਲੋਕ ਸਭਾ ਦੀਆਂ ਚੋਣਾਂ ਬਹੁਜਨ ਸਮਾਜ ਪਾਰਟੀ ਜਿੱਤਦੀ ਰਹੀ ਹੈ। ਤੋ ਹੁਣ ਇਤਿਹਾਸਕ ਸਮਝੌਤਾ ਹੋਇਆ ਜਿਹਦੇ ਵਿੱਚ 20 ਬਹੁਜਨ ਸਮਾਜ ਪਾਰਟੀ ਚੋਣ ਲੜੇਗੀ ਅਤੇ 97 ਅਕਾਲੀ ਦਲ ਬਾਦਲ ਲੜੇਗਾ। ਤੋ ਅਸੀਂ ਆਸ ਕਰਦੇ ਹਾਂ ਕਿ ਇੱਥੇ ਪੰਜਾਬ ਦੇ ਲੋਕ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਨੂੰ ਜਿਤਾ ਕੇ ਭੇਜਣਗੇ, ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਸਰਕਾਰ ਦੀ ਹਿੱਸੇਦਾਰ ਬਣੇਗੀ, ਮੰਤਰੀ ਬਣਨਗੇ, ਸਮਾਜ ਨੂੰ ਫਾਇਦਾ ਹੋਏਗਾ। ਤੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਝੌਤੇ ਦੇ ਪਹਿਰਾ ਦਿੰਦੇ ਹੋਏ 22 ਦੇ ਵਿੱਚ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਇਸ ਸਮਝੌਤੇ ਤਹਿਤ ਪਾਓ ਅਤੇ ਪੰਜਾਬ ਦੇ ਵਿੱਚ ਸਾਂਝੀ ਸਰਕਾਰ ਬਣਾਈਏ। ਸਾਰਿਆਂ ਧੰਨਵਾਦ। ਜੈ ਭੀਮ ਜੈ ਭਾਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।